ਮਕਬੂਜ਼ਾ ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ ਵਿੱਚ ਭਾਰਤੀ ਫੌਜ ਉੱਤੇ ਹਮਲੇ ਬਾਅਦੋਂ ਭਾਰਤ ਵੱਲੋਂ ਇੱਕ ਵਾਰੀ ਫੇਰ ਪਾਕਿਸਤਾਨ ਦੇ ਖਿਲਾਫ ਬਗੈਰ ਸਬੂਤੋਂ ਇਲਜ਼ਾਮਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਭਾਰਤ ਦੀ ਇਹ ਪੁਰਾਣੀ ਆਦਤ ਹੈ ਕਿ ਉਹ ਆਪਣੀ ਹਰ ਨਾਕਾਮੀ ਤੇ ਹਰ ਸ਼ਰਮਿੰਦਗੀ ਦਾ ਮਲਬਾ ਪਾਕਿਸਤਾਨ ਦੇ ਨਾਮੇ ਲਾ ਦਿੰਦਾ ਹੈ। ਜੇਕਰ ਕਸ਼ਮੀਰ ਦੇ ਹਾਲਾਤ ਦਾ ਵੀਰਵਾ ਕਰੀਏ ਤੇ 7 ਲੱਖ ਭਾਰਤੀ ਫੌਜੀ ਕਸ਼ਮੀਰੀਆਂ ਦੇ ਹੱਕੇ ਖੁਦ ਮੁਖਤਾਰੀ ਨੂੰ ਦਬਾਉਣ ਵਾਸਤੇ ਹਰ ਉਹ ਜ਼ੁਲਮ ਕਰ ਰਹੇ ਨੇ ਜਿਹਦੀ ਮਿਸਾਲ ਤਾਰੀਖ ਵਿੱਚ ਘੱਟ ਹੀ ਮਿਲਦੀ ਹੈ। ਪਿਲੇਟ ਗੰਨਾਂ ਨਾਲ ਜਵਾਨਾਂ ਨੂੰ ਅੰਨਿਆ ਕਰਨਾ, ਔਰਤਾਂ ਦੀ ਬੇਹੁਰਮਤੀ ਤੇ ਕਿਸੇ ਨੂੰ ਵੀ ਮੁਜਾਹਿਦ ਕਰਾਰ ਦੇ ਕੇ ਸ਼ਹੀਦ ਕਰ ਦੇਣਾ ਕਸ਼ਮੀਰੀ ਵਾਦੀ ਵਿੱਚ ਆਮ ਜਿਹੀ ਗੱਲ ਹੈ। ਇਸ ਜ਼ੁਲਮ ਤੇ ਜਬਰ ਦੇ ਮਾਹੌਲ ਵਿੱਚ ਕਸ਼ਮੀਰੀਆਂ ਦਾ ਰੱਦ ਅਮਲ ਫਿਤਰੀ ਹੈ। ਭਾਰਤ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਉੱਤੇ ਬੇਬੁਨਿਆਦ ਇਲਜ਼ਾਮ ਲਾਉਣ ਦੀ ਬਜਾਏ ਉਹ ਜ਼ੁਲਮ ਬੰਦ ਕਰੇ ਜਿਹਦਾ ਰੱਦ ਅਮਲ ਕੁਝ ਵੀ ਹੋ ਸਕਦਾ ਹੈ। ਇਹ ਗੱਲ ਵੀ ਯਾਦ ਰੱਖੀ ਜਾਏ ਕਿ ਕਸ਼ਮੀਰੀ ਆਵਾਮ ਹੁਣ ਆਜ਼ਾਦੀ ਦੀ ਅਜਿਹੀ ਫੈਸਲਾ ਕੁੰਨ ਜੰਗ ਲੜ ਰਹੇ ਨੇ ਜਿਹਦੇ ਵਾਸਤੇ ਉਹ ਹਰ ਕੁਰਬਾਨੀ ਲਈ ਤਿਆਰ ਨੇ। ਭਾਰਤ ਜਿੰਨਾ ਜ਼ੁਲਮ ਕਰੇਗਾ ਆਜ਼ਾਦੀ ਦੀ ਤਹਿਰੀਕ ਓਨੀ ਸ਼ਿੱਦਤ ਨਾਲ ਉਭਰ ਕੇ ਸਾਹਮਣੇ ਆਏਗੀ।